ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਘਰ ਦਾ ਵੈਜ ਚੈਨਲ ਅਤੇ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਵੱਡੀ ਸਮੱਸਿਆ ਜੋ ਕਿ ਭੁੱਖ ਨਾ ਲੱਗਣ ਦੀ ਸਮੱਸਿਆ ਹੈ, ਇਹ ਤੋਂ ਰਿਲੇਟਿਡ ਘਰੇਲੂ ਨੁਸਖੇ ਅਤੇ ਘਰੇਲੂ ਸੁਝਾਵ ਲੈ ਕੇ ਆਏ ਹਾਂ। ਜਿਵੇਂ ਕਿ ਤੁਹਾਨੂੰ ਪਤਾ ਆ ਕਿ ਭੁੱਖ ਨਾ ਲੱਗਣ ਦੀ ਸਮੱਸਿਆ ਬਹੁਤ ਹੀ ਆਮ ਹੁੰਦੀ ਜਾ ਰਹੀ ਹੈ, ਤੁਸੀਂ ਕਈ ਵਾਰ ਲੋਕਾਂ ਨੂੰ ਇਹ ਕਹਿੰਦੇ ਵੀ ਸੁਣਿਆ ਹੋਊਗਾ ਕਿ ਉਹਨਾਂ ਨੂੰ ਭੁੱਖ ਨਹੀਂ ਲੱਗਦੀ ਜਾਂ ਫਿਰ ਉਹਨਾਂ ਦਾ ਖਾਣਾ ਖਾਣ ਦਾ ਮਨ ਹੀ ਨਹੀਂ ਕਰਦਾ। ਕਈ ਤਾਂ ਇੱਥੋਂ ਤੱਕ ਵੀ ਕਹਿੰਦੇ ਨਜ਼ਰ ਆਏ ਨੇ ਕਿ ਖਾਣਾ ਦੇਖਣ ਤੱਕ ਦਾ ਮਨ ਨਹੀਂ ਕਰ ਰਿਹਾ। ਇਸ ਦੇ ਨਾਲ ਹੀ ਇਹੋ ਜਿਹੇ ਲੋਕ ਵੀ ਬਹੁਤ ਮਿਲ ਜਾਣਗੇ ਜਿਹੜੇ ਖਾਣਾ ਖਾਣ ਤਾਂ ਬਹਿ ਜਾਂਦੇ ਨੇ ਪਰ ਥੋੜ੍ਹਾ ਜਿਹਾ ਹੀ ਖਾਣ ਤੋਂ ਬਾਅਦ ਉੱਠ ਜਾਂਦੇ ਨੇ। ਇਸ ਲਈ ਅਸੀਂ ਅੱਜ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖੇ ਦੱਸਾਂਗੇ ਜੋ ਤੁਸੀਂ ਆਪਦੀ ਘਰ 'ਚੋਂ ਆਸਾਨੀ ਨਾਲ ਲੱਭ ਸਕਦੇ ਹੋ, ਜਿਨ੍ਹਾਂ ਦੇ ਲਈ ਤੁਹਾਨੂੰ ਬਾਹਰ ਡਾਕਟਰ ਕੋਲ ਵਾਰ ਵਾਰ ਜਾਣ ਦੀ ਜ਼ਰੂਰਤ ਨਹੀਂ ਪਏਗੀ ਅਤੇ ਇਹਨਾਂ ਨੁਸਖਿਆਂ ਨੂੰ ਤੁਸੀਂ ਅਪਣਾ ਕੇ ਇਸ ਸਮੱਸਿਆ ਤੋਂ ਨਿਜਾਤ ਪਾ ਸਕਦੇ ਹੋ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਭੁੱਖ ਨਾ ਲੱਗਣਾ ਜੋ ਕਿ ਅੱਜ ਕੱਲ੍ਹ ਇੱਕ ਸਮੱਸਿਆ ਬਣ ਗਈ ਹੈ, ਅਤੇ ਇਹਨੂੰ ਤੁਸੀਂ ਬਿਨਾਂ ਕਿਸੇ ਡਾਕਟਰ ਦੀ ਮਦਦ ਦੇ ਆਪਦੇ ਘਰ ਦੇ ਵਿੱਚ ਛੋਟੀ ਆਪਦੀ ਕਿਚਨ ਦੇ ਵਿੱਚੋਂ ਆਪਦੀ ਰਸੋਈ ਦੇ ਵਿੱਚੋਂ ਥੋੜ੍ਹਾ ਬਹੁਤਾ ਸਮਾਨ ਲੈ ਕੇ ਹੀ ਠੀਕ ਕਰ ਸਕਦੇ ਹੋ। ਸੋ ਆਪਾਂ ਦੇਖਦੇ ਹਾਂ ਕਿ ਕਿਵੇਂ ਅਸੀਂ ਘਰੇਲੂ ਨੁਸਖਿਆਂ ਦੇ ਨਾਲ, ਘਰੇਲੂ ਇਲਾਜ ਦੇ ਨਾਲ ਇਹਨੂੰ ਠੀਕ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਇਲਾਜ ਕੀ ਹੈ, ਮੈਂ ਤੁਹਾਨੂੰ ਚਾਰ ਤਰੀਕੇ ਦੱਸੂਗੀ, ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਤਰੀਕਾ ਅਪਣਾ ਸਕਦੇ ਹੋ। ਜੋ ਤੁਹਾਨੂੰ ਸਹੀ ਲੱਗੇ ਤੁਸੀਂ ਉਹੀ ਤਰੀਕਾ ਅਪਣਾ ਸਕਦੇ ਹੋ, ਜਾਂ ਫਿਰ ਜੋ ਤੁਹਾਨੂੰ ਈਜ਼ਲੀ ਘਰ ਮਿਲ ਜਾਵੇ, ਆਸਾਨੀ ਨਾਲ ਘਰ ਮਿਲ ਜਾਵੇ ਪ੍ਰੋਡਕਟ, ਤੁਸੀਂ ਉਹੀ ਯੂਜ਼ ਕਰ ਸਕਦੇ ਹੋ। ਪਹਿਲਾ ਹੈ ਗ੍ਰੀਨ ਟੀ ਪੀਓ। ਗ੍ਰੀਨ ਟੀ ਭੁੱਖ ਨਾ ਲੱਗਣ ਅਤੇ ਖਾਣਾ ਨਾ ਖਾਣ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ। ਇਸ ਦੇ ਲਈ ਤੁਸੀਂ ਹਰ ਰੋਜ਼ ਗ੍ਰੀਨ ਟੀ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ। ਇਸ ਨਾਲ ਭੁੱਖ ਨਾ ਲੱਗਣ ਦੀ ਸਮੱਸਿਆ ਤਾਂ ਦੂਰ ਹੋਵੇਗੀ ਹੀ, ਬਲਕਿ ਤੁਹਾਡੀ ਇਮਿਊਨਿਟੀ ਵੀ ਵੱਧ ਜਾਏਗੀ, ਜਿਹਦੇ ਨਾਲ ਸਿਹਤ ਨੂੰ ਹੋਰ ਵੀ ਬਹੁਤ ਸਾਰੇ ਫਾਇਦੇ ਹੋਣਗੇ। ਜੇਕਰ ਤੁਸੀਂ ਸਧਾਰਨ ਦੁੱਧ ਨਾਲ ਚਾਹ ਪੀਂਦੇ ਹੋ ਤਾਂ ਤੁਸੀਂ ਉਸ ਦੀ ਜਗ੍ਹਾ 'ਤੇ ਗ੍ਰੀਨ ਟੀ ਨੂੰ ਅਪਣਾ ਸਕਦੇ ਹੋ। ਸੋ ਇਹ ਸੀਗਾ ਪਹਿਲਾ ਨੁਸਖਾ ਕਿ ਤੁਸੀਂ ਗ੍ਰੀਨ ਟੀ ਆਪਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਪੀਣੀ ਸਟਾਰਟ ਕਰ ਦਿਉ, ਜਿਹਦੇ ਨਾਲ ਤੁਹਾਡਾ ਇਮਿਊਨਿਟੀ ਬੂਸਟ ਹੋ ਜਾਏਗੀ, ਯਾਨੀ ਕਿ ਤੁਹਾਡੀ ਪਾਚਨ ਕ੍ਰਿਆ ਜਿਹੜੀ ਹੈ, ਪਾਚਨ ਤੰਤਰ ਜਿਹੜਾ ਹੈ ਉਹ ਮਜ਼ਬੂਤ ਹੋ ਜਾਵੇਗਾ ਅਤੇ ਤੁਹਾਨੂੰ ਭੁੱਖ ਨਾ ਲੱਗਣ ਦੀ ਜੋ ਸਮੱਸਿਆ ਹੈ ਉਹ ਹੌਲੀ ਹੌਲੀ ਠੀਕ ਹੋ ਜਾਵੇਗੀ। ਅਗਲਾ ਤਰੀਕਾ ਜੋ ਤੁਸੀਂ ਅਪਣਾ ਸਕਦੇ ਹੋ ਉਹ ਹੈ ਨਿੰਬੂ ਪਾਣੀ ਦੀ ਮਦਦ ਲਓ। ਨਿੰਬੂ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਬਹੁਤ ਹੀ ਕਾਰਗਰ ਹੈ ਆਪਣੀ ਪਾਚਨ ਕ੍ਰਿਆ ਨੂੰ ਠੀਕ ਕਰਨ ਵਾਸਤੇ, ਇਸ ਕਰਕੇ ਨਿੰਬੂ ਪਾਣੀ ਵੀ ਤੁਹਾਡੀ ਸਮੱਸਿਆ ਨੂੰ ਦੂਰ ਕਰਨ ਵਿੱਚ ਲਾਭਦਾਇਕ ਹੋ ਸਕਦਾ ਹੈ। ਇਸ ਦੇ ਲਈ ਰੋਜ਼ਾਨਾ ਨਿੰਬੂ ਪਾਣੀ ਦਾ ਸੇਵਨ ਸ਼ੁਰੂ ਕਰ ਦਿਓ, ਇਸ ਕਾਰਨ ਤੁਹਾਨੂੰ ਭੁੱਖ ਵੀ ਲੱਗਣ ਲੱਗੇਗੀ ਅਤੇ ਖਾਣਾ ਦੇਖ ਕੇ ਉਹਨੂੰ ਖਾਣ ਦਾ ਵੀ ਮਨ ਕਰਿਆ ਕਰੇਗਾ। ਇਸ ਦੇ ਨਾਲ ਹੀ ਨਿੰਬੂ ਪਾਣੀ ਨੂੰ ਸਿਹਤ ਵਿੱਚ ਹੋਰ ਵੀ ਬਹੁਤ ਸਾਰੇ ਫਾਇਦੇ ਪਹੁੰਚਾਉਣ 'ਚ ਤੁਹਾਡੀ ਮਦਦ ਕਰੇਗਾ। ਅਗਲਾ ਉਪਾਅ ਹੈਗਾ ਅਜਵਾਇਨ ਖਾਓ। ਅਜਵਾਇਨ ਬਹੁਤ ਹੀ ਵਧੀਆ ਇੱਕ ਇਨਗਰੀਡੀਐਂਟ, ਇੱਕ ਮਸਾਲੇ ਦੀ ਤਰ੍ਹਾਂ ਅਸੀਂ ਆਪਣੀ ਰੋਜ਼ਮਰ੍ਹਾ ਦੇ ਜ਼ਿੰਦਗੀ ਵਿੱਚ ਰਸੋਈ 'ਚ ਯੂਜ਼ ਕਰਦੇ ਹਾਂ। ਸੋ ਅਜਵਾਇਨ ਤੁਹਾਨੂੰ ਭੁੱਖ ਨਾ ਲੱਗਣ ਦੀ ਸਮੱਸਿਆ ਨੂੰ ਵੀ ਕੁਝ ਹੀ ਦਿਨਾਂ ਵਿੱਚ ਦੂਰ ਕਰ ਦੇਵੇਗੀ। ਇਸ ਦੇ ਲਈ ਤੁਸੀਂ ਰੋਜ਼ਾਨਾ ਅੱਧਾ ਚਮਚ ਅਜਵਾਇਨ ਨੂੰ ਕਾਲੇ ਨਮਕ ਦੇ ਨਾਲ ਖਾ ਸਕਦੇ ਹੋ। ਜੇਕਰ ਤੁਹਾਨੂੰ ਪੇਟ ਵਿੱਚ ਗੈਸ, ਬਦਹਜ਼ਮੀ ਵਰਗੀ ਸਮੱਸਿਆ ਹੈ ਤਾਂ ਇਹਨਾਂ ਸਮੱਸਿਆ ਵਿੱਚ ਵੀ ਅਜਵਾਇਨ ਤੁਹਾਡੀ ਮਦਦ ਕਰੇਗਾ। ਇੱਥੋਂ ਤੱਕ ਕਿ ਅਗਰ ਕਿਸੇ ਛੋਟੇ ਬੱਚੇ ਨੂੰ ਭੁੱਖ ਨਹੀਂ ਲੱਗਦੀ ਜਾਂ ਫਿਰ ਉਹ ਖਾਣਾ ਨਹੀਂ ਖਾਂਦਾ ਹੈਗਾ, ਮੰਨ ਲਓ ਕਿ ਕੋਈ ਬੱਚਾ 1 ਸਾਲ ਤੋਂ ਉੱਪਰ ਹੈ ਪਰ ਉਹਦੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ, ਜਾਂ ਫਿਰ ਉਹ ਵਾਰ ਵਾਰ ਰੋ ਰਿਹਾ ਹੈ, ਜਾਂ ਉਹ ਭੁੱਖ ਉਹਨੂੰ ਭੁੱਖ ਲੱਗੀ ਹੈ ਬਟ ਉਹ ਖਾਣਾ ਨਹੀਂ ਖਾ ਰਿਹਾ, ਤਾਂ ਤੁਸੀਂ ਉਸ ਬੱਚੇ ਨੂੰ ਵੀ ਤੁਸੀਂ ਅਜਵਾਇਨ ਉਬਾਲ ਕੇ ਉਸਦਾ ਪਾਣੀ ਥੋੜ੍ਹਾ ਥੋੜ੍ਹਾ ਕਰਕੇ ਪਿਆ ਸਕਦੇ ਹੋ, ਜਿਹਦੇ ਨਾਲ ਉਹਦੀ ਭੁੱਖ ਵੱਧ ਜਾਏਗੀ ਅਤੇ ਉਹ ਬੱਚਾ ਖਾਣਾ ਖਾਣ ਲੱਗ ਜਾਏਗਾ ਅਤੇ ਪੇਟ ਨਾਲ ਸੰਬੰਧਿਤ ਜਿੰਨੀਆਂ ਵੀ ਸਮੱਸਿਆ ਹੋਣਗੀਆਂ ਉਹ ਠੀਕ ਹੋ ਜਾਣਗੀਆਂ।
लास्ट उपाय जिहड़ा है त्रिफला पाउडर की वरतों करो। त्रिफला पाउडर एक एवें दा पाउडर है जो तुहाडी भुख ना लगन या भुख खाना खाण की इच्छा ना होने की समस्या नूं दूर करन विच हैल्प कर सकता है। सो इसलिए तुसीं रोजाना कोसे पानी नाल यानी कि थोड़ा हल्का गर्म पानी लैके एक चम्मच त्रिफला पाउडर का सेवन कर सकते हो। मुड़ तो भुख लगन के नाल नाल सेहत नूं होर भी बहुत सारी समस्या तो बचा हो जाएगा। सो ये जी चार नुस्खे। त्रिफला पाउडर हुंदा की है? त्रिफला पाउडर हुंदा या कि आंवला हरडा ते बेहरडा दा मिक्सचर हुंदा है, रेशो हुंदी है, इस तिन्ने रेशोस नूं मिला के त्रिफला पाउडर मिलता है। अगर तुहानू त्रिफला पाउडर ते जानकारी चाहिदी होगी तो असी एक वीडियो होर अपलोड जल्दी कर देवांगे। ये चार उपाय जो तुसी अपनी जिंदगी अपना सकते हो, ग्रीन टी, नींबू पानी, अजवाइन ते त्रिफला पाउडर। ये चारां दे विच्चों तुसी कोई भी एक घरेलू इलाज, कोई भी एक घरेलू नुस्खा जो है तुसी अपना सकते हो जिदे नाल तुहाडी भुख ना लगन की समस्या जिहड़ी है दूर हो जाएगी। उम्मीद करते हैं कि तुहानू ये वीडियो पसंद आया होगा। अगर तुहानू ये वीडियो पसंद आया है तो लाइक सबसक्राइब तो शेयर जरूर कर दिओ। अगर तुहानू लगता है कि तुहानू इदां दी कोई समस्या नहीं है तो फिर भी तुसी ये वीडियो नू वध तो वध शेयर करियो ताकि ये वीडियो उन्हां लोकां तक पहुँच सके जिन्हां नू ये प्रॉब्लम है तो वह इस प्रॉब्लम तो निजात पा सकते हैं। प्लीज़ लाइक सबसक्राइब तो शेयर करना ना भुल्यो। थैंक यू फॉर वॉचिंग।